ਹਾਂਜੀ ਸਾਰੇ UNSASIKAL ਸਲਾਮ ਨਮਸਕਾਰ ਤੁਹਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲਓ ਤੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਅੱਜ ਦੀ ਵੀਡੀਓ ਵਿੱਚ ਕੁਝ ਖਾਸ ਗੱਲਾਂ ਕਰਾਂਗੇ। ਤੋਂ ਵੀਡੀਓ ਨੂੰ ਪਲੀਜ਼ ਪੂਰਾ ਹੀ ਦੇਖਿਓ। ਤੇ ਜੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਜਾਂ ਕੋਈ ਗੱਲਬਾਤ ਤੁਸੀਂ ਪੁੱਛਣੀ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜਰੂਰ ਪੁੱਛਿਓ। ਜਿਹੜੀ ਸਭ ਤੋਂ ਪਹਿਲੀ ਖਬਰ ਹੈ ਜੀ ਆਲੇਟਾਲੀਆ ਦੇ ਨਾਲ ਸੰਬੰਧਤ ਇਹਦੇ ਵਿੱਚ ਕੀ ਹੋਇਆ ਕਿ ਹਜ਼ਾਰਾਂ ਹੀ ਜਿਹੜੇ ਵਰਕਰਸ ਹਨ ਜਿਹੜੇ ਕਿ ਅਲਟਾਲੀਆ ਵਿੱਚ ਕੰਮ ਕਰਦੇ ਸਨ ਤਾਂ ਅਸੀਂ ਕੱਲ ਦੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਜਿਹੜੀ ਹੜਤਾਲ ਹੈ ਜਿਨ੍ਹਾਂ ਦੇ ਜਹਾਜ਼ਾਂ ਦੀ ਇਹਨਾਂ ਨੇ ਹੜਤਾਲ ਕੀਤੀ ਹੋਈ ਹੈ। ਤਕਰੀਬਨ 172 ਤੋਂ ਜ਼ਿਆਦਾ ਜਿਹੜੀਆਂ ਫਲਾਈਟਾਂ ਸਨ ਇਹਨਾਂ ਨੇ ਕੈਨਸਲ ਕਰ ਦਿੱਤੀਆਂ ਸਨ। ਸ਼ੂਪਰੂ ਦੀ ਵਜ੍ਹਾ ਦੇ ਕਾਰਨ। ਹੁਣ ਕੀ ਹੁੰਦਾ ਹੈ ਕਿ ਜਿਹੜੇ ਇਸ ਦੇ ਹਜ਼ਾਰਾਂ ਹੀ ਜਿਹੜੇ EMPLOYEES ਸਨ ਇਹਨਾਂ ਨੇ ਫਿਊਮੀਚੀਨੋ ਜਿਹੜਾ 에ਰਪੋਰਟ ਹੈ ਜਿਹਦੇ ਲਾਗੇ ਇਹਨਾਂ ਨੇ ਪ੍ਰੋਟੈਸਟ ਕੀਤਾ ਹੈ। ਕਈਆਂ ਥਾਵਾਂ ਦੇ ਉੱਤੇ ਦੇਖਿਆ ਹੈਗੇ ਕਿ ਜਿਹੜੀ ਪੁਲਿਸ ਹੈ ਜੀ ਉਸ ਦੇ ਨਾਲ ਵੀ ਲੋਕਾਂ ਦੀ ਥੋੜੀ-ਬਹੁਤ ਝੜਪ ਹੋਈ ਹੈ। ਘੜ ਪਿਸ ਕਰਕੇ ਹੋਈ ਹੈ ਕਿਉਂਕਿ ਕੁਝ ਲੋਕਾਂ ਦਾ ਗਰੁੱਪ ਜਿਹੜੇ ਕਿ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਰੋਮ ਫਿਉਮੀਚੀਨ ਰੋਡ ਸੀ ਉਸ ਨੂੰ ਇਹਨਾਂ ਨੇ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਦੇ ਵਿੱਚ ਪੁਲਿਸ ਜਿਹੜੀ ਸੀ ਉਹ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਇਹਦੇ ਵਿੱਚ ਪੰਜ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਹਨ ਉਹ ਜ਼ਖਮੀ ਵੀ ਹੁੰਦੇ ਹਨ ਬਾਕੀ ਇਹਨਾਂ ਦੀ ਜਿਹੜੀ ਗਿਣਤੀ ਦੱਸੀ ਜਾ ਰਹੀ ਹੈ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਹੈ ਇਟਾਲੀ ਦੇ ਜਿਹੜੇ ਕੰਮ ਕਰਨ ਵਾਲੇ ਲੋਕ ਸਨ ਇਹਨਾਂ ਦੀ ਗਿਣਤੀ ਕਟੂਕਟ ਦੱਸੀ ਜਾ ਰਹੀ ਹੈ ਕਿ 2 ਕ ਹਜ਼ਾਰ ਦੇ ਆਸ-ਪਾਸ ਦੇ ਕਰੀਬ ਜਿਹੜੇ ਲੋਕ ਇਕੱਠੇ ਹੋ ਕੇ ਪ੍ਰੋਟੈਸਟ ਵਗੈਰਾ ਕਰ ਰਹੇ ਸਨ ਹੁਣ ਚਲਦੇ ਹਾਂ ਜ ਆਪਣੀ ਨੈਕਸਟ ਨਿਊਜ਼ ਤੇ ਨੈਕਸਟ ਨਿਊਜ਼ ਜਿਹੜੀ ਆਪਣੀ ਬਿੱਲਾਂ ਦੇ ਨਾਲ ਸੰਬੰਧਿਤ ਹੈ ਤੁਸੀਂ ਜਾਣਦੇ ਹੋ ਕਿ ਜਿਸ ਤਰ੍ਹਾਂ ਕੀ ਸਰਕਾਰ ਨੇ ਜਿਹੜੇ ਸਾਈਨ ਕਰ ਦਿੱਤੇ ਹਨ ਜਿਹੜੇ ਬਿੱਲ ਵਗੈਰਾ ਹਨ ਬਿਜਲੀ ਦੇ ਤੇ ਗੈਸ ਦੇ ਇਹਨਾਂ ਨੇ ਕੀ ਕੀਤਾ ਸੀ ਕਿ ਪਹਿਲੀ ਜੁਲਾਈ ਤੋਂ ਪਹਿਲਾਂ 20% ਜਿਹੜੇ ਰੇਟ ਵਧਾਏ ਸਨ ਤੇ ਇਸ ਤੋਂ ਬਾਅਦ ਜਿਹੜਾ ਨਵਾਂ ਸਰਕੂਲਰ ਜਾਰੀ ਹੋਇਆ ਉਹਦੇ ਵਿੱਚ ਦੱਸਿਆ ਗਿਆ ਕਿ ਪਹਿਲੀ ਅਕਤੂਬਰ ਤੋਂ ਜਿਹੜੇ 40% ਏਟ ਹੋਰ ਜ਼ਿਆਦਾ ਬਿਜ ਦੀ ਨਲੀ ਜਿਹੜਾ ਗੈਸ ਦੇ ਉੱਤੇ ਵੀ 30% ਰੇਟ ਵਧਾਉਣ ਦੀ ਗੱਲ ਹੋਈ ਸੀ। ਹੁਣ ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਫਿਕਰ ਪੈ ਗਿਆ ਕਿ ਬਿੱਲ ਵਗੈਰਾ ਕਿਵੇਂ ਦੇਣਗੇ ਕਿਉਂਕਿ ਇੱਕਦਮ ਜਿਹੜਾ ਬੋਝ ਜ਼ਿਆਦਾ ਵੱਧ ਜਾਵੇਗਾ। ਇਹਦੇ ਉੱਤੇ ਤੁਸੀਂ ਜਾਣਦੇ ਹੋ ਕਿ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਹੁੰਦਾ ਹੈ ਕਿ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਜਦੋਂ ਇੱਕ ਸਰਕਾਰ ਇਹੋ ਜਿਹਾ ਫੈਸਲਾ ਕਰਦੀ ਹੈ ਤਾਂ ਲੋਕ ਦੂਜੇ ਪਾਰਟੀਆਂ ਵਾਲੇ ਕੀ ਕਰਦੇ ਹਨ ਕਿ ਉਹ ਦੂਜੇ ਪਾਸੇ ਜਿਹੜੇ ਲੋਕਾਂ ਨੂੰ ਗੰਭਰੌ ਕਰਨਾ ਸ਼ੁਰੂ ਕਰ ਦਿੰਦੇ ਹਨ ਉਹ ਕਹਿੰਦੇ ਹਨ ਕਿ ਜੇ ਸਾਡੀ ਸਰਕਾਰ ਆਵੇਗੀ ਤਾਂ ਸੀ ਜਿਹੜਾ ਬਿੱਲ ਮਾਫ ਕਰ ਦੇਵਾਂਗੇ ਜਾਂ ਘੱਟ ਰੇਟ ਕਰ ਦੇਵਾਂਗੇ ਇਸੇ ਤਰ੍ਹਾਂ ਇਟਲੀ ਦੇ ਵਿੱਚ ਵੀ ਸੰਭਾਵਨਾ ਬੰਡੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਿੱਲ ਹੈ ਜੀ ਉਹ ਦੁਆਰਾ ਘੱਟ ਵੀ ਸਕਦਾ ਹੈ ਇਹਦੇ ਵਿੱਚ ਜਿਹੜੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਹੋ ਸਕਦਾ ਹੈ ਕਿ ਜਿਹੜੀ ਨੈਕਸਟ ਸਾਲ ਦੀ ਮਾਰਚ ਮਹੀਨਾ ਆਵੇਗਾ ਉਸ ਤੋਂ ਬਾਅਦ ਜਿਹੜਾ ਇਸ ਦੇ ਉੱਤੇ ਕੋਈ ਨਾ ਕੋਈ ਇਹੋ ਜਿਹਾ ਸਿਸਟਮ ਬਣ ਜਾਵੇ ਸ਼ਾਇਦ ਜਿਹੜਾ ਬਿੱਲ ਹੈ ਜੀ ਇਹਦੇ ਵਿੱਚ ਕੋਈ ਨਾ ਕੋਈ ਕਟੌਤੀ ਹੋਵੇ ਇਹ ਜਿਹੜੀ ਗੱਲਬਾਤ ਹਨ ਅਸੀਂ ਦੱਸ ਰਹੇ ਹਾਂ ਜਿਹੜੇ ਸਟੀਫਾਨੋ ਬੋਜ਼ੇ ਜੀ ਨੇ ਹਨ ਇਹਨਾਂ ਦੇ ਹਵਾਲੇ ਦੇ ਨਾਲ ਦੱਸ ਰਹੇ ਹਾਂ ਜਿਨ੍ਹਾਂ ਨੇ ਕੀ ਇੱਕ ਅਖਬਾਰ ਤੇ ਇੱਕ ਨਿਊਜ਼ਪੇਪਰ ਦੀ ਇੰਟਰਵਿਊ ਦੇ ਵਿੱਚ ਜਿਹੜੀ ਗੱਲ ਦੱਸੀ ਹੈ। ਬਾਕੀ ਹੁਣ ਤੁਹਾਨੂੰ ਇਹ ਵੀ ਦੱਸ ਜੇ ਕਿ ਇਟਲੀ ਦੇ ਵਿੱਚ ਜਿੰਨਾ ਪੈਟਰੋਲ ਦਾ ਰੇਟ ਜਿਹੜਾ ਪੈਟਰੋਲ ਤੇ ਡੀਜ਼ਲ ਦਾ ਰੇਟ ਜਿਹੜਾ ਵਧਿਆ ਹੈ ਜਿੰਨਾ ਕਿ 2014 ਤੋਂ ਬਾਅਦ ਜਿਹੜਾ ਹੁਣ ਇਸ ਵਾਰ ਰਿਕਾਰਡ ਬਣ ਚੁੱਕਾ ਉਹਦੇ ਪਿੱਛੇ ਜਿਹੜੇ ਕਾਰਨ ਕੀ ਹੈ ਰੇਟ ਕਿਉਂ ਵਧੇ ਹਨ ਤੇ ਇਹਦੇ ਪਿੱਛੇ ਇਸ ਤਰ੍ਹਾਂ ਇੱਕ ਜਿਹੜਾ ਇੰਟਰਨੈਸ਼ਨਲ ਕੀਮਤਾਂ ਜਦੋਂ ਕੱਚੇ ਤੇਲ ਦੀਆਂ ਵਧਦੀਆਂ ਹਨ ਤਾਂ ਪੂਰੀ ਦੁਨੀਆ ਦੇ ਵਿੱਚ ਤਕਰੀਬਨ ਜਿਹੜਾ ਰੇਟ ਹੁੰਦਾ ਹੈ ਉਹਦੇ ਉੱਤੇ ਅਸਰ ਪੈਂਦਾ ਹੈ ਪ ਕਿ ਹਰ ਪੈਟਰੋਲ ਪੰਪ ਦੇ ਉੱਤੇ ਲੱਗ-ਲੱਗ ਰੇਟ ਤੈਨੂੰ ਪੈਂਦਾ ਹੈ ਸੋ ਇਸ ਕਰਕੇ ਜਿੰਨਾ ਵੀ ਰੇਟ ਹੋਇਆ ਹੈ ਇਹ ਸਾਰਾ ਪਿੱਛੋਂ ਕੱਚੇ ਤੇਲ ਦੇ ਵਿੱਚ ਰੇਟ ਵਧਣ ਦੇ ਕਾਰਨ ਹੀ ਰੇਟ ਵਧਿਆ ਹੈ ਤੇ ਬਾਕੀ ਤੁਸੀਂ ਇੱਕ ਐਪ ਵਗੈਰਾ ਵੀ ਵਰਤ ਸਕਦੇ ਹੋ ਆਪਣੇ ਫੋਨ ਦੇ ਵਿੱਚ ਜਿਹਦੇ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੇ ਜਿਹੜੇ ਆਸ-ਪਾਸ ਦੇ ਪੈਟਰੋਲ ਪੰਪ ਹਨ ਜਿੱਥੇ ਸਸਤਾ ਤੇਲ ਕਿੱਥੇ ਮਿਲ ਰਿਹਾ ਹੈ ਤੇ ਜਿਸ ਜਗ੍ਹਾ ਦੇ ਉੱਤੇ ਥੋੜਾ-ਬਹੁਤ ਤੁਹਾਨੂੰ ਸਸਤਾ ਤੇਲ ਮਿਲਦਾ ਹੋਵੇ ਉਸ ਜਗ੍ਹਾ ਦੇ ਉੱਤੋਂ ਜਾ ਕੇ ਤੁਸੀਂ ਜਿਹੜੀ ਟੈਂਕੀ ਹੈ ਜੀ ਫੁੱਲ ਵੀ ਕਰਵਾ ਸਕਦੇ ਹੋ ਤੇ ਨਾਲ ਜਿਹੜਾ ਕਾਫੀ ਤੁਹਾਡੀ ਬਚਤ ਹੋ ਸਕਦੀ ਹੈ ਜੇ ਤੁਸੀਂ ਪੈਟਰੋਲ ਤੇ ਪੈਸੇ ਬਚਾਉਣਾ ਚਾਹੁੰਦੇ ਹੋ ਤੇ ਇਸ ਤਰੀਕੇ ਦੇ ਨਾਲ ਤੁਸੀਂ ਬਚਾ ਸਕਦੇ ਹੋ। ਬਾਕੀ ਜਿਹੜੀ ਇੱਕ ਹੋਰ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਆਪਣੇ ਇੰਡੀਅਨ ਵੀਰਾਂ ਦੇ ਵਾਸਤੇ ਹੈ, ਇੰਡੀਅਨ ਵੀਰਾਂ ਦੇ ਭੈਣਾਂ ਦੇ ਬਜ਼ੁਰਗਾਂ ਦੇ ਵਾਸਤੇ ਹੈ। ਜਿਹੜੇ ਕਿ ਬਹੁਤ ਸਮੇਂ ਤੋਂ ਕੋਈ ਵੀ ਸ਼ੀਲਡ ਦੀ ਜਿਹੜੀ ਵੈਕਸੀਨ ਦੀ ਵੇਟ ਕਰ ਰਹੇ ਸਨ ਕਿ ਜਿਹੜੀ ਇਟਾਲੀਅਨ ਸਰਕਾਰ ਹੈ ਜੀ ਇਸ ਨੂੰ ਜਲਦੀ ਤੋਂ ਜਲਦੀ ਮਾਨਤਾ ਦੇਵੇ ਤੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਗੱਲਬਾਤ ਇਸ politcal ਤੌਰ ਤੇ ਵਾਸਤੇ ਵਿੱਚ ਦੋਨੋਂ ਦੇਸ਼ਾਂ ਦੀ ਹੋ ਰਹੀ ਸੀ ਇੰਡੀਆ ਔਰ ਇਟਲੀ ਦੀ। ਜਿਹੜੀ ਕੱਲ ਅਸੀਂ ਰਾਤ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਅਸੀਂ ਤੁਹਾਨੂੰ ਸਪੈਸ਼ਲੀ ਕੋਵੀ ਸ਼ੀਲਡ ਦੇ ਬਾਰੇ ਦੱਸ ਦਿੱਤਾ ਸੀ ਕਿ ਜਿਹੜੀ ਕੋਵੀ ਸ਼ੀਲਡ ਹੈ ਜੀ ਇਸ ਨੂੰ ਇਟਲੀ ਦੇ ਵਿੱਚ ਮਾਨਤਾ ਮਿਲ ਚੁੱਕੀ ਹੈ ਤੇ ਨਾਲ ਹੀ ਤੁਹਾਨੂੰ ਉਸ ਵੀਡੀਓ ਵਿੱਚ ਇਹ ਵੀ ਦੱਸਿਆ ਸੀ ਕਿ ਇਟਲੀ ਤੋਂ ਇਲਾਵਾ ਯੂਰਪ ਦੇ ਹੋਰ ਵੀ ਬਹੁਤ ਸਾਰੇ ਦੇਸ਼ ਹਨ ਜਿਨ੍ਹਾਂ ਦੇ ਵਿੱਚ ਕੋਵੀ ਸ਼ੀਲਡ ਨੂੰ ਜਿਹੜੀ ਮਾਨਤਾ ਮਿਲ ਚੁੱਕੀ ਹੈ ਹੁਣ ਅਗਰ ਇਸ ਨੂੰ ਮਾਨਤਾ ਮਿਲਦੀ ਹੈ ਤੇ ਇਹਦੇ ਨਾਲ ਫਰਕ ਕੀ ਪੈ ਸਕਦਾ ਹੈ ਜਿਹੜੇ ਆਪਣੇ ਇੰਡੀਅਨ ਲੋਕ ਹਨ ਇਟਲੀ ਦੇ ਵਿੱਚ ਰਹਿ ਰਹੇ ਤੇ ਇਹਦੀ ਨਾਲ ਇਸ ਤਰ੍ਹਾਂ ਹੋਏਗਾ ਕਿ ਜਿੱਦਾਂ 15 ਅਕਤੂਬਰ ਨੂੰ ਜਿਹਨਾਂ ਲੋਕਾਂ ਨੂੰ ਕੰਮ ਦੇ ਉੱਤੇ ਜਾਣ ਦੇ ਵਾਸਤੇ ਗ੍ਰੀਨ ਪਾਸ ਦੀ ਲੋੜ ਪੈਣੀ ਸੀ ਉਹਨਾਂ ਦੇ ਵਾਸਤੇ ਪਹਿਲਾਂ ਇੱਕੋ ਇੱਕ ਤਰੀਕਾ ਬਾਈਦਾ ਸੀ ਕਿ ਜਿਹੜੇ ਆਪਣੇ ਟੈਸਟ ਵਗੈਰਾ ਕਰਵਾ ਕੇ ਆਪਣੇ ਕੰਮਾਂ ਦੇ ਉੱਤੇ ਜਾ ਸਕਦੇ ਹਨ ਤੁਹਾਨੂੰ ਪਤਾ ਹੈ ਕਿ ਟੈਸਟ ਕਰਾਉਣ ਦਾ ਜਿਹੜਾ ਕਿੰਨਾ ਖਰਚਾ ਪੈਂਦਾ ਹੈ ਤੇ ਕਿੰਨਾ ਔਖਾ ਹੁੰਦਾ ਹੈ ਕਿ ਤੁਸੀਂ 2 ਦਿਨ ਦੇ ਬਾਅਦ ਤੁਹਾਨੂੰ ਹਰ ਵਾਰ ਟੈਸਟ ਕਰਾਉਣਾ ਪਵੇਗਾ ਤੇ ਹੁਣ ਕੀ ਹੋਏਗਾ ਕਿ ਹੁਣ ਤੁਸੀਂ ਅਗਰ ਇਸ ਵੈਕਸੀਨ ਨੂੰ ਮੰਨਤਾ ਜਿਹੜੀ ਮਿਲ ਚੁੱਕੀ ਹੈ ਇਹਦੇ ਨਾਲ ਜਿਹੜਾ ਗ੍ਰੀਨ ਪਾਸ ਹੈ ਜੀ ਹੁਣ ਤੁਹਾਡਾ ਬਹੁਤ ਆਸਾਨੀ ਦੇ ਨਾਲ ਗ੍ਰੀਨ ਪਾਸ ਬਣ ਜਾਵੇਗਾ ਤੁਹਾਨੂੰ ਕੋਈ ਨੁਕੀ ਜਿਹੜਾ ਉਥ ਕੋਡ ਮੈਹਿਕਮੇ ਵੱਲੋਂ ਜਰੂਰ ਆਏਗਾ ਜਿਹਦੇ ਨਾਲ ਤੁਸੀਂ ਆਪਣਾ ਜਿਹੜਾ ਸਕਾਰਿਕਾ ਕਰ ਸਕਦੇ ਹੋ ਗ੍ਰੀਨ ਪਾਸ ਨੂੰ ਕਿਉਂਕਿ ਪੰਜਵੀਂ ਵੈਕਸੀਨ ਇਹ ਯੂਰਪ ਦੇ ਵਿੱਚ ਬਣ ਚੁੱਕੀ ਹੈ ਖਾਸ ਕਰ ਇਟਲੀ ਦੇ ਵਿੱਚ ਜਿਸ ਨੂੰ ਮਾਨਤਾ ਮਿਲ ਚੁੱਕੀ ਹੈ ਇਸ ਤੋਂ ਪਹਿਲਾਂ ਇਟਲੀ ਦੇ ਵਿੱਚ ਜਿਹੜੀ ਜੋਨਸਨ ਐਂਡ ਜੋਨਸਨ ਨੂੰ ਫਾਈਜ਼ਰ ਮੋਦਰਨਾ ਤੇ ਅਸਟਰਾਜੇਨਿਕਾ ਜਿਹੜੀ ਵੈਕਸੀਨ ਹੈ ਜੀ ਇਹ ਚਾਰ ਵੈਕਸੀਨ ਇਹ ਮਸ਼ਹੂਰ ਸਨ ਜਿਹਨਾਂ ਨੂੰ ਮਾਨਤਾ ਮਿਲੀ ਹੋਈ ਸੀ ਹੁਣ ਪੰਜਵੀਂ ਵੈਕਸੀਨ ਜਿਹੜੀ ਕੋਵੀ ਸ਼ ਇੱਕ ਬਹੁਤ ਹੀ ਵੱਡੀ ਖਬਰ ਹੈ ਜਿਸ ਦਾ ਕਿ ਇੰਤਜ਼ਾਰ ਆਪਣੇ ਪੰਜਾਬੀ ਬਹੁਤ ਸਮੇਂ ਤੋਂ ਕਰ ਰਹੇ ਸਨ ਬਾਕੀ ਹੁਣ ਤੁਸੀਂ ਜੇ ਕੋਈ ਗ੍ਰੀਨ ਪਾਸ ਦੀ ਗੱਲ ਕਰੇ ਤਾਂ ਆਪਣਾ ਜਿੱਦਾਂ ਕੀ ਕਹਿ ਸਕਦੇ ਆ ਕਿ ਕੋਈ ਵੀ ਸ਼ੀਲਡ ਦੇ ਸਾਡਾ ਜਿਹੜਾ ਗ੍ਰੀਨ ਪਾਸ ਹੈ ਜੀ ਬਣ ਸਕਦਾ ਹੈ ਇੱਕ ਕੁਐਸਚਨ ਮਾਰਕ ਆਪਾਂ ਇਸ ਨੂੰ ਅਗਰ ਸਵਾਲ ਪੁੱਛੀਏ ਤਾਂ ਹਾਂਜੀ ਜਿਹੜਾ ਹੈ ਸਾਡਾ ਗ੍ਰੀਨ ਪਾਸ ਹੈ ਜੀ ਹਰ ਹਾਲਤ ਦੇ ਵਿੱਚ ਹੁਣ ਬਣੇਗਾ ਕਿਉਂਕਿ ਵੈਕਸੀਨ ਨੂੰ ਮਾਨਤਾ ਮਿਲ ਚੁੱਕੀ ਹੈ ਹੁਣ ਆਪਾਂ ਇਟਲੀ ਦੇ ਵਿੱਚ ਦੇਖੀਏ ਕਿ ਜਿਹੜੇ ਕੇਸੇ ਵਗੈਰਾ ਦੀ ਕੀ ਸਿਚੁਏਸ਼ਨ ਇਸ ਟਾਈਮ ਚੱਲ ਰਹੀ ਹੈ 3797 ਜਿਹੜਾ ਕੇਸ ਆਇਆ ਹੈ ਜਿੰਨੇ ਕੇਸ ਆਏ ਨੇ ਇਸ ਤੋਂ ਜ਼ਿਆਦਾ ਲੋਕ ਜਿਹੜੇ ਠੀਕ ਹੋਏ ਨੇ 5265 ਲੋਕ ਜਿਹੜੇ ਹਨ ਠੀਕ ਹੋ ਕੇ ਆਪਣੇ ਘਰਾਂ ਦੇ ਵਿੱਚ ਭਰਤੇ ਹਨ ਬਾਕੀ 52 ਲੋਕ ਜਿਹੜੇ ਹਨ ਜੀ ਉਹਨਾਂ ਦੀ ਡੈਥ ਵੀ 24 ਘੰਟੇ ਦੇ ਵਿੱਚ ਹੋਈ ਹੈ ਬਾਕੀ ਇਸ ਤੋਂ ਇਲਾਵਾ ਪੂਰੀ ਇਟਰੀ ਦੇ ਵਿੱਚ 270508 ਜਿਹੜੇ ਤੰਪੂਨੀ ਕੀਤੇ ਗਏ ਲਾਸਟ 24 ਘੰਟੇ ਦੇ ਵਿੱਚ ਬਾਕੀ ਜਿਹੜੀ ਸਟੇਟ ਵਾਈਜ਼ ਸਿਚੁਏਸ਼ਨ ਦੇਖੀਏ ਤਾਂ ਲੰਮਾਰ ਦੀਏ ਵਿੱਚ 488 ਵਨਿਤੋ ਦੇ ਵਿੱਚ 428 ਕੰਪਨੀਆ 348 ਅਮਿਲੀਅਰ ਮਾਨੀਆ 327 ਲਾਜ਼ੀਓ 364 ਪੀਮੋਂਟੇ 213 ਅਸਟ੍ਰੇਲੀਆ ਵੀ 464 ਤੁਸਕਾਨਾ 334 ਪੂਲੀ 155 ਫਰੂਲੀ ਬ੍ਰੇਸ਼ੀਆ ਜੂਲੀਆ 84 ਮਾਰਕੇ 77 ਲੇਗੋਰੀਆ 99 ਤੇ ਬਾਕੀ ਜਿੰਨੀਆਂ ਵੀ ਸਟੇਟਾਂ ਇਸ ਤੋਂ ਇਲਾਵਾ ਵਜਦੀਆਂ ਸਾਰਿਆਂ ਦੇ ਵਿੱਚ ਤਕਰੀਬਨ 70 ਤੋਂ ਘੱਟ ਕੇ ਸੀ ਹੀ ਆਏ ਹਨ ਤੇ ਇਸ ਤੋਂ ਇਲਾਵਾ ਜਿਹੜੀ ਤਾਸੂ ਦੀ ਪਹੁੰਚ ਤਾਂ 1.4 ਦੇ ਉੱਤੇ ਆ ਚੁੱਕੀ ਹੈ ਤੇ ਜੇ ਆਪਾਂ ਗੱਲ ਕਰੀਏ ਕਿ ਇਸ ਟਾਈਮ ਜਿਹੜੇ ਹਸਪਤਾਲਾਂ ਵਿੱਚ ਕਿੰਨੇ ਲੋਕ ਭਰਤੀਆਂ ਤਨੇ ਯਰ 553 ਲੋਕ ਜਿਹੜੇ ਹਨ ਹਸਪਤਾਲ ਦੇ ਵਿੱਚ ਐਡਮਿਟ ਹਨ ਨਾਰਮਲ ਕਰੋਨਾ ਵਾਰਡ ਦੇ ਵਿੱਚ ਤੇ ਇਸ ਤੋਂ ਇਲਾਵਾ 499 ਜਿਹੜੇ ਪੇਸ਼ੈਂਟ ਹਨ ਆਈਸੀਯੂ ਦੇ ਵਿੱਚ ਭਰਤੀ ਹਨ ਖੁਸ਼ੀ ਵਾਲੀ ਗੱਲ ਹੈ ਕਿ ਜਿਹੜੀ ਗਿਣਤੀ ਹੈ ਜੀ ਦੁਵਾਰਾ ਥੱਲੇ ਵਾਲੇ ਪਾਸੇ ਨੂੰ ਔਣੇ ਸ਼ੁਰੂ ਹੋ ਚੁੱਕੀ ਹੈ ਇਹ ਜਿਹੜੇ ਕੇਸ ਇਟਲੀ ਵਿੱਚ ਘਟਨੇ ਸ਼ੁਰੂ ਹੋਏ ਹਨ ਆਪਾਂ ਇਸ ਨੂੰ ਵੀ ਇੱਕ ਗੁੱਡ ਨਿਊਜ਼ ਦੇ ਉੱਤੇ ਹੀ ਕਹਿ ਸਕਦੇ ਹਾਂ ਕਿਉਂਕਿ ਜਿਹੜਾ ਇੱਕ ਬਹੁਤ ਸਾਵੇਂ 2 ਸਾਲ ਤਕਰੀਬਨ ਹੋ ਚੁੱਕੇ ਹਨ ਤੇ ਇਹਨਾਂ ਕੇਸਾਂ ਦੀ ਵਜ੍ਹਾ ਦੇ ਨਾਲ ਹੀ ਲੋਕਾਂ ਨੇ ਕਿੰਨਾ ਜ਼ਿਆਦਾ ਨੁਕਸਾਨ ਜਿਹੜਾ ਹੈ ਜੀ ਚੱਲਿਆ ਹੈ ਤੇ ਕਿੰਨੇ ਜਿਆਦਾ ਲੋਕਾਂ ਦੀ ਕੰਮਕਾਰ ਖਰਾਬ ਹੋਏ ਨੇ ਸਿਰਫ ਇੱਕ ਇਸਾਂ ਦੀ وجہ ਦੇ ਨਾਲ ਅਗਰ ਇਹਨਾਂ ਦੇ ਵਿੱਚ ਕਮੀ ਆਉਂਦੀ ਤੇ ਇਹ ਵੀ ਇੱਕ ਜਿਹੜੀ ਬਹੁਤ ਵੱਡੀ ਆਪਾਂ ਇਸ ਨੂੰ ਖਬਰ ਕਹਿ ਸਕਦੇ ਹਾਂ ਬਾਕੀ ਇਟਲੀ ਦੇ ਵਿੱਚ ਜਿਹੜੇ ਲੋਕ 50 ਸਾਲ ਤੋਂ ਉੱਪਰ ਵਾਲੇ ਹਨ ਇਹੋ ਜਿਹੇ ਲੋਕਾਂ ਦੀ ਗਿਣਤੀ ਹੈ ਜੇ ਵੀ ਲੱਖਾਂ ਦੇ ਵਿੱਚ ਹੈ ਜਿਨ੍ਹਾਂ ਨੇ ਜਿਹੜੀ ਵੈਕਸੀਨ ਅਜੇ ਤੱਕ ਨਹੀਂ ਲਗਵਾਈ ਹੁਣ ਬਹੁਤੇ ਲੋਕ ਜਿਹੜੇ ਵੈਕਸੀਨ ਦੇ ਪੱਖ ਦੇ ਵਿੱਚ ਹਨ ਉਹ ਜਿਹੜੇ ਇਹਨਾਂ ਲੋਕਾਂ ਤੋਂ ਨਫ਼ਰਤ ਕਰਦੇ ਨੇ ਉਹ ਕਹਿੰਦੇ ਨੇ ਕਿ ਇਹਨਾਂ ਲੋਕਾਂ ਦੀ وجہ ਦੇ ਨਾਲ ਜਿਹੜੇ ਲੋਕ ਵੈਕਸੀਨ ਨਹੀਂ ਲੈ ਰਹੇ ਇਹਨਾਂ ਦੀ وجہ ਦੇ ਨਾਲ ਜਿਹੜੇ ਬਾਕੀ ਲੋਕਾਂ ਨੂੰ ਉਹਨਾਂ ਨੂੰ ਖਤਰਾ ਹੈ ਤੇ ਜਿਹੜੇ ਲੋਕ ਵੈਕਸੀਨ ਨਹੀਂ ਲੈ ਰਹੇ ਉਹ ਕਹਿੰਦੇ ਹਨ ਕਿ ਜਿਹੜੀ ਵੈਕਸੀਨ ਹੈ ਜੀ ਇਹ ਉਹਨਾਂ ਵਾਲੇ ਸਮੇਂ ਦੇ ਵਿੱਚ ਬੰਦੇ ਨੂੰ ਨੁਕਸਾਨ ਪਹੁੰਚਾ ਸਕਦੀ ਤੇ ਇਸ ਕਰਕੇ ਉਹ ਕਹਿੰਦੇ ਹਨ ਕਿ ਅਸੀਂ ਜਿਹੜੀ ਵੈਕਸੀਨ ਹੈ ਜੀ ਨਹੀਂ ਲਗਵੋਣੀ ਦੋਨੇ ਤਰ੍ਹਾਂ ਹੀ ਜਿਹੜੀਆਂ ਆਪੋ ਆਪਣੇ ਜਿੱਦਾਂ ਕੀ ਕਹਿ ਸਕਦੇ ਹਾਂ ਕਿ ਆਪੋ ਆਪਣੇ ਵਚਨਾਂ ਦੇ ਉੱਤੇ ਅਟਲ ਹਨ ਬਾਕੀ ਇਟਲੀ ਦੇ ਵਿੱਚ ਜੇ ਗੱਲ ਕਰੀਏ ਤਾਂ 50 ਸਾਲ ਤੋਂ ਉੱਪਰ ਤਕਰੀਬਨ 3 ਮਿਲੀਅਨ ਜਿਹੜੇ ਲੋਕ ਹਨ ਜਿਨ੍ਹਾਂ ਨੇ ਅਜੇ ਤੱਕ ਜਿਹੜੀ ਵੈਕਸੀਨ ਹੈ ਜੀ ਉਹ ਨਹੀਂ ਲਈ ਜੇ ਆਪਾਂ ਇਹਨਾਂ ਦੀ ਬਿਲਕੁਲ ਸਹੀ ਗਿਣਤੀ ਦੇਖੀਏ ਤਾਂ 32 ਲੱਖ ਹਨ 5712 ਲੋਕ ਜਿਹੜੇ 50 ਸਾਲ ਤੋਂ ਉੱਪਰ ਵਾਲੇ ਹਨ ਜਿਨ੍ਹਾਂ ਨੇ ਅਜੇ ਤੱਕ ਜਾਨਕੀ ਪਹਿਲੀ ਡੋਜ਼ ਵੀ ਜਿਹੜੀ ਕਰੋਨਾ ਦੀ ਨਹੀਂ ਲਈ ਹੋਈ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਰਕਾਰ ਦੇ ਕੋਲ ਜਿਹੜਾ ਹੈ ਜੀ ਪੂਰੇ ਦਾ ਪੂਰਾ ਡਾਟਾ ਉਹਨਾਂ ਦੇ ਕੋਲ ਮੌਜੂਦ ਹੈ ਉਹਨਾਂ ਨੂੰ ਹਰ ਬੰਦੇ ਦੇ ਬਾਰੇ ਪਤਾ ਹੈ ਕਿ ਕਿਸ ਨੂੰ ਡੋਜ਼ ਮਿਲ ਚੁੱਕੀ ਹੈ ਤੇ ਕਿਸ ਨੂੰ ਨਹੀਂ ਬਾਕੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਕੀ ਸੋਚਦੇ ਹੋ ਇਸ ਦੇ ਬਾਰੇ ਕਿ ਜਿਹੜਾ ਗ੍ਰੀਨ ਪਾਸ ਹੈ ਜੀ ਇਹ ਜ਼ਰੂਰੀ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਤੁਸੀਂ ਇਸ ਦੇ ਬਾਰੇ ਜੋ ਵੀ ਤੁਹਾਡੀ ਆਪਣੀ ਰਾਏ ਹੈ ਜਿਹੜੇ ਤੁਹਾਡੀ ਆਪਣੀ ਇੱਕ ਜੋ ਵੀ ਤੁਹਾਡੀ ਇਸ ਦੇ ਉੱਤੇ ਤੁਸੀਂ ਫੈਸਲਾ ਲੈਂਦੇ ਹੋ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਕਿਉਂਕਿ ਜਿਹੜਾ ਕਮੈਂਟ ਬਾਕਸ ਦੇ ਵਿੱਚ ਅਗਰ ਤੁਸੀਂ ਕੋਈ ਵੀ ਕਮੈਂਟ ਕਰਦੇ ਹੋ ਲਿਖਦੇ ਹੋ ਤਾਂ ਸਾਡੇ ਜਿਹੜੇ ਸਾਰੇ ਜਿਹੜੇ ਵੀਰ ਹੁੰਦੇ ਹਨ ਜਿਹੜੇ ਇੱਕ ਵੀਡੀਓ ਵਗੈਰਾ ਦੇਖਦੇ ਹਨ ਉਹ ਇਸ ਨੂੰ ਸਟੱਡੀ ਵੀ ਕਰਦੇ ਹਨ ਪੜ੍ਹਦੇ ਵੀ ਹਨ ਇਸ ਤਰ੍ਹਾਂ ਜਿਹੜੇ ਤੁਹਾਡੇ ਵਿਚਾਰ ਹੋਣਗੇ ਬਾਕੀ ਲੋਕਾਂ ਤੱਕ ਵੀ ਪਹੁੰਚਣਗੇ ਬਾਕੀ ਇਸ ਤੋਂ ਇਲਾਵਾ ਜਿਹੜੀ ਸਮਾਰਟ ਵਰਕਿੰਗ ਹੈ ਜੀ 15 ਅਕਤੂਬਰ ਤੋਂ ਜਿਹੜੇ ਜੋ ਵੀ ਦਫੰਦ ਹਨ ਤੇ ਪਬਲਿਕ ਕੀ ਹਨ ਇਨਨ ਜਿਹੜਾ ਆਪਣੇ ਕੰਮਾਂ ਦੇ ਉੱਤੇ ਜਿਹੜਾ ਵਾਪਸ ਆਉਣਾ ਪੈਗਾ ਇੱਥੇ ਯਾਦ ਰੱਖਿਓ ਕਿ 15 ਅਕਤੂਬਰ ਉਹ ਦਿਨ ਹੈ ਜਿਸ ਦਿਨ ਜਿਹੜਾ ਗ੍ਰੀਨ ਪਾਸ ਹੈ ਉਹ ਵੀ ਦਿੱਤੀਆਂ ਦੇ ਵਿੱਚ ਜਿਹੜਾ ਕੰਪਲਸਰੀ ਹੋ ਜਾਵੇਗਾ ਉਸ ਦਿਨ ਤੋਂ ਤੁਸੀਂ ਬਿਨਾ ਗ੍ਰੀਨ ਪਾਸ ਤੋਂ ਐਂਟਰ ਨਹੀਂ ਕਰ ਸਕਦੇ ਉਸ ਦਿਨ ਇੱਕ ਤਰ੍ਹਾਂ ਦਾ ਜਿਹੜਾ ਯਾਨੀ ਕਿ ਕਾਨੂੰਨ ਦੇ ਰੂਪ ਦੇ ਵਿੱਚ ਜਿਹੜਾ ਹਥਿਆਰ ਮੌਜੂਦ ਹੋਵੇਗਾ ਸਾਰਿਆਂ ਦੇ ਕੋਲ ਤੇ ਫਿਰ ਜਿਹੜਾ ਉਸ ਦਾ ਵਿਰੋਧ ਕਰਨ ਲੋਕਾਂ ਦੇ ਵਾਸਤੇ ਔਖਾ ਹੋ ਜਾਏਗਾ ਬਾਕੀ ਇਸ ਤੋਂ ਇਲਾਵਾ ਜਿਹੜੀਆਂ ਪ੍ਰੈਗਨੈਂਟ ਡੇ ਡਿਜ਼ੈਨੂਆ ਦੇ ਵਾਸਤੇ ਵੀ ਜਿਹੜੀ ਵੈਕਸੀਨ ਹੈ ਜੀ ਇਸ ਨੂੰ ਜਿਹੜਾ ਮਨਜ਼ੂਰੀ ਮਿਲ ਚੁੱਕੀ ਹੈ ਜਿਹੜੀ ਹੈਲਥ ਮਿਨਿਸਟਰੀ ਹੈ ਜੀ ਇਸ ਦੇ ਵੱਲੋਂ ਜਿਹੜਾ ਸਰਕੂਲਰ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਇੱਥੇ ਸਾਨੂੰ ਇਹ ਵੀ ਦੱਸ ਜੀ ਕਿ ਜੇ ਪ੍ਰੈਗਨੈਂਟ ਲੇਡੀਜ਼ ਦੇ ਵਾਸਤੇ ਜਿਹੜਾ ਹੈ ਜਿਸ ਜੈਸੀ ਨੇ ਨਿਕਿਆ ਹੈ ਤੇ ਇਹਦਾ ਮਤਲਬ ਇਹ ਹੀ ਹੈ ਕਿ ਕਾਫੀ ਜਿਹੜੀ ਸਟੱਡੀ ਨੇ ਪਹਿਲਾਂ ਕੀਤੀ ਇਸ ਚੀਜ਼ ਦੇ ਉੱਤੇ ਤੇ ਫਿਰ ਉਸ ਤੋਂ ਬਾਅਦ ਹੀ ਜਾ ਕੇ ਇਹਨਾਂ ਨੇ ਜੈਸ ਕਿਹਾ ਹੈ ਬਾਕੀ ਤੁਸੀਂ ਇੱਥੇ ਤੱਕ ਵੀਡੀਓ ਦੇਖੀ ਇਸਦੇ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਆਂ ਜੀ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ